नमस्कार, हस्ता वस्ता पंजाब में आप सभी का स्वागत है। आपके साथ मैं हूं प्रियंका। आइए रुक करते पंजाब की खबरों की ओर। सिविल अस्पताल समराला की हेल्थ वर्कर टीम द्वारा समराला के बाजार में फल, सब्जी, जूस और खाने की दुकानों की जांच की गई। मौके पर पहुंची टीम ने खराब सब्जियों और फलों को नष्ट किया गया, साथ ही खराब सामान बेचने वाले दुकानदारों का चालान भी काटा गया। समराला से अनुराग संदल की रिपोर्ट। ਚੈਕਿੰਗ ਕਰ ਰਹੀ ਆ, ਸਬਜ਼ੀ ਵਾਲਾ ਜਾਂ ਖਾਣ ਪੀਣ ਵਾਲੇ ਸਮਾਨਾਂ ਦੀ ਆ, ਉਹਦੀ ਚੈਕਿੰਗ ਕਰਦੀ ਪਈ ਆ। ਜਿੱਥੇ ਖਰਾਬ ਪਦਾਰਥ ਮਿਲ ਰਹੇ ਆ, ਅੱਗੇ ਨਹੀਂ ਰੱਖਿਆ ਹੋਇਆ, ਉਹਨੂੰ ਮੌਕੇ 'ਤੇ ਨਸ਼ਟ ਕਰਵਾਇਆ ਜਾ ਰਿਹਾ। ਕਿੰਨੀਆਂ ਦੁਕਾਨਾਂ ਹੁਣ ਤੱਕ ਤੁਸੀਂ ਚੈੱਕ ਕਰ ਚੁੱਕੇ? ਹੁਣ ਤੱਕ ਵੀਡੀਓ ਅਸੀਂ 8 ਤੋਂ 10 ਦੁਕਾਨਾਂ ਚੈੱਕ ਕਰ ਲਈਆਂ ਜੀ। ਅੱਛਾ, ਕਿੰਨੀਆਂ ਦੁਕਾਨਾਂ ਦੇ ਸਮਾਨ ਜਿਹੜਾ? ਤਕਰੀਬਨ 3-4 ਦੁਕਾਨਾਂ ਹੈਗੀਆਂ ਮਿਲੇ ਨੇ ਜਿਹਨਾਂ 'ਤੇ ਸਮਾਨ ਸਾਨੂੰ ਖਰਾਬ ਪਦਾਰਥ ਮਿਲੇ ਨੇ। ਅਤੇ ਉਹਨਾਂ ਦੇ ਤੁਸੀਂ ਕੀ ਕਾਰਵਾਈ ਕਰੋਗੇ? ਉਹਨਾਂ ਦੇ ਮੌਕੇ 'ਤੇ ਚਲਾਨ ਕੱਟੇ ਜਾ ਰਹੇ ਨੇ। ਡੰਗਰ ਖਾ ਲੈਣੇ ਆ ਮੇਰੇ, ਅੱਗੇ ਨਹੀਂ ਹਦਾਇਤ ਦਿੱਤੀ ਜਾ ਗਈ ਜੀ, ਦੇਖੀ ਆ। ਨਾਲੇ ਵਧੀਆ ਗੱਲ ਆ ਜੀ, ਜਾਣੀ ਕਿ ਬਹੁਤ ਚੰਗੀ ਗੱਲ ਆ ਵੀ ਜਿਹੜੀ ਸਬਜ਼ੀ ਵਧੀਆ ਅਤੇ ਸਾਫ਼ ਸੁਥਰੀ ਰੱਖਣ, ਇਹਦੇ ਵਿੱਚ ਬਿਮਾਰੀਆਂ ਦਾ ਕੋਈ ਖਤਰਾ ਨਹੀਂ ਹੋਊਗਾ। ਜੇ ਵਧੀਆ ਸਬਜ਼ੀ ਹੋਊ, ਵਧੀਆ ਵੇਚਣ, ਚਾਹੇ 2 ਪੈਸੇ ਵੱਧ ਘੱਟ ਲਵੇ, ਇਹ ਨਹੀਂ ਗੱਲ ਹੈਗੀ, ਚੀਜ਼ ਪਰ ਸਾਫ਼ ਸੁਥਰੀ ਹੋਵੇ। ਅਤੇ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਹੁਣ ਗਰਮੀ ਦਾ ਮਹੀਨਾ ਚੱਲਦਾ ਹੈ, ਅਤੇ ਗਰਮੀ ਦੇ ਮਹੀਨੇ ਦੇ ਵਿੱਚ ਜਿਹੜੀਆਂ ਖਾਣ ਪੀਣ ਦੀਆਂ ਵਸਤਾਂ ਉਹ ਖਰਾਬ ਹੋ ਜਾਂਦੀਆਂ। ਇਸ ਕਰਕੇ ਇਸੇ ਮੁਹਿੰਮ ਦੇ ਤਹਿਤ ਲੋਕਾਂ ਦੀ ਸਿਹਤ ਦਾ ਧਿਆਨ ਰੱਖ ਰਹੇ, ਅਸੀਂ ਅੱਜ ਵੱਖ ਵੱਖ ਦੁਕਾਨਾਂ 'ਤੇ ਚੈਕਿੰਗ ਕੀਤੀ ਹੈ। ਕੋਈ 25 ਤੋਂ ਲੈ ਕੇ 30 ਦੁਕਾਨਾਂ 'ਤੇ ਅਸੀਂ ਅੱਜ ਚੈਕਿੰਗ ਕੀਤੀ। ਕਿੰਨਾ ਕੁ ਸਮਾਨ ਵੇਸਟ ਨਿਕਲਿਆ, ਖਰਾਬ ਨਿਕਲਿਆ? ਚੈਕਿੰਗ ਦੌਰਾਨ ਜਿਹੜਾ ਵੀ ਸਮਾਨ ਇਹੋ ਜਿਹਾ ਲੱਭਿਆ ਜਿਹੜਾ ਕਿ ਖਾਣ ਪੀਣ ਦੇ ਲਈ ਸਹੀ ਨਹੀਂ ਸੀਗਾ ਜਾਂ ਖਰਾਬ ਹੋ ਗਿਆ ਸੀ, ਤਾਂ ਉਹ ਅਸੀਂ ਮੌਕੇ 'ਤੇ ਹੀ ਉਦੋਂ ਛੁਟਵਾ ਕੇ ਨਸ਼ਟ ਕੀਤਾ, ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਵੀ ਅੱਗੇ ਤੋਂ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਕੀਤਾ ਜਾਵੇ। ਅਗਰ ਇੱਦਾਂ ਦਾ ਕੋਈ ਦੁਬਾਰਾ ਕੀ ਕਾਰਵਾਈ? ਇਹ ਜਿਹੜੀ ਚੈਕਿੰਗ ਹੈ ਅੱਗੇ ਤੋਂ ਵੀ ਜਾਰੀ ਰਹੂਗੀ, ਅਤੇ ਅਗਲੀ ਵਾਰੀ ਇਸ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। ਅਤੇ ਫੂਡ ਸੈਂਪਲਿੰਗ ਦੀ ਜਿਹੜੀ ਟੀਮ ਹੈ ਉਹ ਵੀ ਇਹਦੇ 'ਚ ਫੂਡ ਸੈਂਪਲ ਦੇ ਵਿੱਚ ਸੈਂਪਲ ਲਊਗੀ, ਅਤੇ ਜੋ ਕਾਨੂੰਨ ਦੇ ਰਹਿਤ ਕਾਰਵਾਈ ਹੋਈ ਹੋਈ। ਬੜਤੇ ਪੰਜਾਬ ਕੀ ਅਗਲੀ ਖਬਰ ਕੀ ਔਰ। ਪੰਜਾਬ ਕੇ ਤਰਨ ਤਾਰਨ ਮੇ ਸਕੈਪ ਫੈਕਟਰੀ ਮੇ ਆਗ ਲੱਗ ਗਈ। ਕੁਛ ਹੀ ਦੇਰ ਮੇ ਆਗ ਨੇ ਵਿਕਰਾਲ ਰੂਪ ਲੈ ਲਿਆ। ਸਥਾਨੀ ਲੋਗੋ ਦੁਆਰਾ ਆਗ ਪਰ ਕਾਬੂ ਪਾਣੇ ਕਾ ਪ੍ਰਯਾਸ ਕੀਆ ਗਯਾ, ਲੇਕਿਨ ਆਗ ਇਤਨੀ ਭੜਕ ਚੁੱਕੀ ਥੀ ਕਿ ਆਗ ਪਰ ਕਾਬੂ ਪਾਣਾ ਸੰਭਵ ਨਹੀਂ ਹੁਆ। ਸੂਚਨਾ ਮਿਲਤੇ ਹੀ ਮੌਕੇ ਪਰ ਪਹੁੰਚੀ ਦਮਕਲ ਅਮਲੇ ਨੇ ਕੜੀ ਮਸ਼ਕਤ ਕੇ ਬਾਅਦ ਆਗ ਪਰ ਕਾਬੂ ਪਾਇਆ। ਫੈਕਟਰੀ ਮੇ ਆਗ ਲਗਨੇ ਸੇ ਫੈਕਟਰੀ ਮਾਲਿਕ ਕੋ ਲਾਖੋਂ ਰੁਪਏ ਕਾ ਨੁਕਸਾਨ ਹੁਆ ਹੈ। ਇਹ ਜੀ ਆਪਣੇ ਦਿੱਲੀ ਦੇ ਬਾਊ ਜੀ, ਉਹਨਾਂ ਦੀ। ਤੁਸੀਂ ਕੀ ਕਰਦੇ ਸੀ ਇੱਥੇ? ਮੈਂ ਦੇਖਭਾਲ ਹੀ ਨਾਲ ਕੰਮ। ਕਿੱਦਾਂ ਲੱਗੀ ਅੱਗ? ਇਹ ਬੈਕ ਸਾਈਡ ਤੋਂ ਨਾ ਕਿਸੇ ਨੇ ਅੱਗ ਲਗਾਈ ਸੀ ਘੇਰੇ ਸਾਈਡਾਂ ਤੋਂ, ਉਹ ਚਾਹਣ ਕਿ ਅੰਦਰ ਆਉਣ ਵਾਲੀ ਅੱਗ 'ਚ। ਕਿੰਨਾ ਕੁ ਨੁਕਸਾਨ ਹੋਇਆ? ਇਹਦੀ ਕੋਈ ਹਿਸਾਬ ਨਹੀਂ ਜੀ, ਤਾਂ ਮੈਂ ਕੁਝ ਕਹਿ ਨਹੀਂ ਸਕਦਾ। ਫੈਕਟਰੀ ਅੰਦਰ ਕੀ ਸਮਾਨ ਜਿਹੜਾ ਸੜਿਆ? ਹਾਂਜੀ, ਫੈਕਟਰੀ ਅੰਦਰ ਸਮਾਨ ਕੀ ਜਿਹੜਾ ਸੜਿਆ? ਇਹਦੇ ਵਿੱਚ ਹੈਗੀ ਸੀ ਚਾਹ ਪੱਤੀ ਸੀ, ਅਤੇ ਹੋਰ ਦੂਜਾ ਵੇਸਟਿੰਗ ਦਾ ਮਾਲ ਸੀ ਜੀ। ਹਾਂਜੀ, ਕਿੰਨਾ ਕੁ ਤਕਰੀਬਨ ਨੁਕਸਾਨ ਹੋਇਆ? ਇਹਦਾ ਵੀ ਮੈਂ ਕੋਈ ਹਿਸਾਬ ਨਹੀਂ ਦੱਸ ਸਕਦਾ। ਰੋਡ ਦੇ ਲੱਗ ਪ੍ਰਸ਼ਾਸਨ ਦਾ? ਪ੍ਰਸ਼ਾਸਨ ਤਾਂ ਇਹ ਮੰਗ ਕਰਦੇ ਵੀ ਸਾਡੇ ਨਾਲ ਇਨਸਾਫ ਹੋਵੇ, ਸਾਡਾ ਜੋ ਮੁਆਵਜ਼ਾ ਬਣਦਾ ਉਹ ਦਿੱਤਾ ਜਾਵੇ। ਅੱਗ ਬੁਝਾਉਣ ਵਾਸਤੇ ਫਾਇਰ ਬ੍ਰਿਗੇਡ ਪਹੁੰਚੀ ਹੈ ਇੱਥੇ? ਹਾਂਜੀ ਜੀ, ਪਹੁੰਚੇ ਜੀ, GVK ਪਹਿਲੇ ਆਏ ਜੀ। ਕਿੰਨਾ ਕੁ ਚਿਰ ਤੱਕ ਪਹੁੰਚੀ ਇੱਥੇ GVK? ਤਾਂ ਜੀ ਤਰ੍ਹਾਂ 10-15 ਮਿੰਟ 15-20 ਮਿੰਟ, ਅਤੇ ਬਾਕੀ ਜਿਹੜੀਆਂ ਉਹ ਘੰਟਾ ਅੱਧੇ ਘੰਟੇ ਲੇਟ ਆਈਆਂ ਜੀ ਗੱਡੀ। ਇੱਥੇ ਫਾਇਰ ਬ੍ਰਿਗੇਡ ਤਾਂ ਹੈ ਹੀ ਕੋਈ ਨਹੀਂ ਜੀ, ਗੋਬਿੰਦਵਾਲ ਸਾਹਿਬ ਹੈਗੀ ਆ ਜੀ, ਪਰ ਨਹੀਂ ਉਹ ਚਿੱਟਾ ਹਾਥੀ ਸਾਬਤ ਹੋਇਆ ਜੀ, ਗੱਡੀਆਂ ਨਹੀਂ ਹੈਗੀਆਂ ਅੰਦਰ, ਨਾ ਕੋਈ ਸਟਾਫ ਹੈਗਾ ਜੀ। ਖਬਰ ਪੰਜਾਬ ਕੇ ਕਪੂਰਥਲਾ ਸੇ ਹੈ, ਜਹਾਂ ਅੰਮ੍ਰਿਤਸਰ ਰੋਡ ਪਰ ਭੀਸ਼ਣ ਸੜਕ ਹਾਦਸਾ ਹੋ ਗਿਆ। ਸੜਕ ਹਾਦਸੇ ਕੇ ਦੌਰਾਨ ਇੱਕ ਯੁਵਕ ਘਾਇਲ ਹੋ ਗਿਆ ਔਰ ਦੂਸਰੇ ਕੀ ਮੌਕੇ ਪਰ ਹੀ ਮੌਤ ਹੋ ਗਈ।
राहगीरों ने बताया कि एक सफेद रंग की स्विफ्ट कार जो कपूरथला से अमृतसर की ओर जा रही थी, तेज गति के कारण गाड़ी अनियंत्रित हो गई और सड़क से नीचे गड्ढे में जा गिरी। इस भीषण सड़क हादसे में एक की मौत हो गई और गाड़ी चला रहा ड्राइवर गंभीर रूप से घायल हो गया, जिसका इलाज चल रहा है। पुलिस मामले की जांच कर रही है। श्री महाकाल लोक टीवी के कपूरथला से अजय सपरवाल की रिपोर्ट। ਮਾਮਲਾ ਇੱਦਾਂ ਜੀ, ਗੱਡੀ ਇਹ ਤੋਂ ਜੰਮੂ ਪੈਲਸ ਤੋਂ ਆਈ, ਸਿੱਧੀ ਧੋਬੀ ਘਾਟ ਨੂੰ ਖਾਲਾ ਟੱਪਦੀ ਉੱਥੇ ਵੱਜੀ ਹੈ ਤੇ ਬੜੇ ਜ਼ੋਰ ਨਾਲ ਸਵਾਰੀਆਂ ਗੱਡੀਆਂ ਵਿੱਚੋਂ ਤਾਕੀਆਂ ਤੋੜ ਤੋੜ ਕੇ। ਤੁਸੀਂ ਗੱਡੀਆਂ ਹੈਗੀਆਂ ਨੇ? ਬੰਦੇ ਬਹੁਤ ਸਾਰੀ ਪਾਪੂਲੇਸ਼ਨ ਨੇ ਗੱਡੀਆਂ। ਅੱਛਾ, ਹਾਂਜੀ। ਤੇ ਕੀ ਕੀ ਹਾਲਾਤ ਕੀ ਬਣੇ ਹੋਏ ਨੇ? ਹਾਲਾਤ ਜਿਹੜਾ ਬਜ਼ੁਰਗ ਮੁੰਡਾ ਹਰ ਜ਼ਿਆਦਾ ਗੱਡੀ ਚਲਾ ਰਿਹਾ ਸੀ ਨਹੀਂ, ਉਹ ਠੀਕ ਸੀ। ਅੱਛਾ, ਜਿਹੜਾ ਗੱਡੀ ਚਲਾ ਰਿਹਾ ਸੀ ਉਹ ਠੀਕ ਸੀ, ਉਹ ਸੱਟਾਂ ਉਹਦੇ ਬਹੁਤ ਲੱਗੀ। ਚਾਰ ਜਣੇ ਜੀ। ਕੌਣ ਕੌਣ ਸੀ ਇਹ ਗੱਡੀ ਇੱਧਰੋਂ ਆਉਂਦੀ ਸੀ ਜੀ? ਉਹ ਖਾਲਾ ਟੱਪਰੀ ਤੁਸੀਂ ਦੇਖੇ ਹੀ ਹੋਣੀ। ਚਾਰ ਜਣੇ ਆ, ਇੱਕ ਬਰੋਡਹੈੱਡ ਸੀ ਜਿਹਦਾ ਨਾਮ ਭਜਨ ਸਿੰਘ ਸੀ, ਤਿੰਨ ਪੇਸ਼ੈਂਟ ਰਵਿੰਦਰ ਸਿੰਘ, ਗੁਰਪ੍ਰੀਤ ਕੌਰ ਅਤੇ ਅਮਰਜੀਤ ਕੌਰ, ਜਿਨ੍ਹਾਂ ਦਾ ਇੱਥੇ ਇਲਾਜ ਹੋਇਆ ਅਤੇ ਫਰਦਰ ਰੈਫਰ ਕਰ ਦਿੱਤਾ ਗਿਆ ਫਾਇਰ ਸਿੰਘ। ਅੱਛਾ ਜੀ, ਅਤੇ ਡਾਕਟਰ ਸਾਹਿਬ ਹੋਇਆ ਕੱਚ ਸੀਗੇ ਇਹ, ਕਿਸ ਚੀਜ਼ ਸੀਗੇ ਇਹ? ਇਹ ਗੱਡੀ ਸੀ, ਗੱਡੀ ਇਹਨਾਂ ਦੀ ਪਲਟ ਗਈ ਹੈ, ਇਸੇ ਟੋਏ ਦੇ ਵਿੱਚ ਜਾ ਡਿੱਗੀ, ਜਿਹਦੇ ਅੱਗੇ ਇਹਨਾਂ ਦੇ ਸੱਟਾਂ ਲੱਗੀਆਂ। ਅੱਛਾ, ਅਤੇ ਕਿੰਨੀਆਂ ਕੁ ਸੱਟਾਂ ਲੱਗੀਆਂ ਹੋਈਆਂ ਸਾਰੇ ਜਿਹੜੇ ਇੰਜਨ ਨੇ? ਕਈਆਂ ਦੇ ਹੈਡ ਇੰਜਰੀ ਸੀ, ਕਈਆਂ ਦੇ ਕ੍ਰੈਸ਼ ਇੰਜਰੀ ਸੀ, ਕਈਆਂ ਦੇ ਫ੍ਰੈਕਚਰ ਡਾਊਟ ਸੀਗਾ, ਅਤੇ ਮਤਲਬ ਉਹ ਪੇਸ਼ੈਂਟ ਔਨ ਰੈਫਰਲ ਰੈਫਰਲ ਰਿਕੁਐਸਟ ਫਾਰ ਹਾਇਰ ਸੈਂਟਰ। बढ़ते पंजाब की अगली खबर की ओर। श्री मुक्तसर साहिब के जलालाबाद रोड पर बने पुल से एक युवक का शव मिलने का मामला सामने आया है। सूचना मिलने पर पुलिस मौके पर पहुंची और शव को कब्जे में लेकर सिविल अस्पताल की मोर्चरी में रखवा दिया, आगे की कार्रवाई शुरू कर दी। वहीं जांच अधिकारी ने बताया कि युवक की मौत किस वजह से हुई है। प्रारंभिक जानकारी के अनुसार अत्यधिक गर्मी के कारण बताया जा रहा है। पोस्टमार्टम रिपोर्ट आने के बाद ही असली कारणों का पता चल सकेगा। श्री मुक्तसर साहिब से बूटा सिंह की रिपोर्ट। अज एक इतलाह मिली सी भी जलालाबाद जिहड़ा रोड ते ब्रिज है रेलवे का, उहदे उपर एक जिहड़ी डेड बॉडी पई है। मैं उत्थे मौके ते पहुंचा, उत्थे पहुंच के ते मैं पड़ताल कीती। फूल सिंह सन ऑफ प्रमोद सिंह, यह गली नंबर 5 टिब्बी साहिब रोड का रहने वाला है। 17-18 साल दी मुंडे दी मौत है, उम्र है दी, ਇਹਦੀ ਮੌਤ ਹੋਈ ਹੈ ਜੀ। ਉੱਥੇ ਕਾਰਨਾਂ ਦਾ ਤਾਂ ਇਹਦੀ ਪੜਤਾਲ ਕੀਤੀ ਜਾ ਰਹੀ। ਫਿਲਹਾਲ ਤਾਂ ਇਹ ਲੱਗਦਾ ਵੀ ਜਿਵੇਂ ਗਰਮੀ ਗੁਰਮੀ ਜ਼ਿਆਦਾ ਕਰਕੇ ਲੱਗਣ ਕਰਕੇ ਇਹਨੂੰ ਇਹਦੀ ਮੌਤ ਹੋਈ ਹੈ। ਫਿਰ ਵੀ ਇਹਦਾ ਪੋਸਟਮਾਰਟਮ ਤੋਂ ਬਾਅਦ ਇਹਦਾ ਅਸਲੀਅਤ ਪਤਾ ਲੱਗੂਗਾ ਵੀ ਇਹਦੀ ਮੌਤ ਦਾ ਕਾਰਨ ਕੀ। ਇਹਦੀ ਕਾਰਵਾਈ ਕਰ ਰਹੇ ਜੀ ਇਹਦੇ ਵਾਰਸਾਂ ਦੇ ਬਿਆਨ 'ਤੇ। खबर पंजाब के जिला फिरोजपुर से है, जहां गुंडागर्दी लगातार बढ़ती जा रही है। सरकार और पुलिस गुंडागर्दी पर लगाम लगाने में नाकाम साबित हो रही है, जिसका एक और उदाहरण फिरोजपुर के गांव चांगली कदीम से सामने आया है। सुखविंदर सिंह ने गांव के रहने वाले कुलविंदर सिंह और बलविंदर सिंह को पैसे उधार दिए थे, इसी को लेकर विवाद हुआ। सुखविंदर सिंह के साथ मारपीट की गई। सुखविंदर सिंह को सिविल हॉस्पिटल फिरोजपुर ले जाया गया और बाद में उनको डीएमसी लुधियाना में भर्ती करवाया गया, जहां वहां जिंदगी और मौत से जूझ रहा है। वहीं परिवार ने पुलिस प्रशासन से आरोपियों को गिरफ्तार करने की मांग की है। फिरोजपुर से सुखचंद सिंह की रिपोर्ट। ਇਹ ਕੁਲਵਿੰਦਰ ਬਾਲਾ ਨਾਲ ਹੋਈ ਹੈ ਜੀ, ਕੁਲਵਿੰਦਰ ਸਿੰਘ ਬਾਲ। ਹਾਂਜੀ, ਸਾਡੇ ਕੁਛ ਨਹੀਂ ਲੱਗਦੇ ਜੀ, ਪਿੰਡ 'ਚੋਂ ਅਸੀਂ ਪੈਸੇ ਲੈਣੇ ਉਹਨਾਂ ਤੋਂ। ਹਾਂਜੀ, ਉਹਨਾਂ ਨੇ ਕੁੱਟਮਾਰ ਹੋਈ, ਉਹ ਕੁੱਟਮਾਰ ਉਹਨਾਂ ਬਾਲਾ ਨਾਲ ਹੋਈ ਹੈ ਜੀ। ਮੇਰੇ ਘਰ ਵਾਲੇ ਨੂੰ ਕੁੱਟ ਕੇ ਗਏ।
ਪੈਸਿਆਂ ਕਰਕੇ ਹੋਈ ਹੈ ਜੀ, ਅਸੀਂ 7 ਲੱਖ ਰੁਪਈਆ ਲੈਣਾ ਜੀ ਉਹਨਾਂ ਤੋਂ। ਅਤੇ ਸਾਡੇ ਉੱਥੇ ਗੱਲ ਪਏ ਸੀ ਬਾਹਰ, ਪਹਿਲੀ ਵਾਰ ਹੀ ਸੀਗੇ, ਪਹਿਲਾਂ ਉੱਥੇ ਗੱਲ ਪਏ, ਉਹ ਆਪਦੇ ਬਚਾਓ ਲਈ ਪਿੰਡ ਆਏ ਸੀ, ਅਤੇ ਫਿਰ ਪਿੰਡ ਆ ਕੇ ਉਹਨਾਂ ਨੇ ਇੱਥੇ ਗੱਲ ਪਏ ਨੇ। ਆ 15-15 ਬੰਦੇ ਲੈ ਕੇ ਆਏ, 5-6 ਗੱਡੀਆਂ ਲੈ ਕੇ ਆਏ ਨੇ, ਅਤੇ ਮਾਰੂ ਹਥਿਆਰ ਸਾਰੇ ਉਹਨਾਂ ਦੇ ਕੋਲ ਸੀ, ਤਲਵਾਰਾਂ ਕਿਰਪਾਨਾਂ ਬੰਦੂਕਾਂ ਸਾਰਾ ਕੁਛ ਉਹਨਾਂ ਦੇ ਕੋਲ ਸੀ ਜੀ। ਉਹਨਾਂ ਅਸੀਂ ਬਾਹਰ ਨਿਕਲੇ, ਜਦੋਂ ਉਹਨਾਂ ਰੌਲਾ ਪਾਇਆ ਜੀ, ਅਤੇ ਬਾਹਰ ਨਿਕਲੇ ਅਤੇ ਫਿਰ ਉਹਨਾਂ ਨੇ ਅੱਗੋਂ ਸਾਨੂੰ ਫੈਰ ਦਿਖਾਏ ਜੀ, ਅਤੇ ਫਿਰ ਜੇਠ ਜੀ ਵੀ ਅੰਦਰ ਵੜ ਗਿਆ, ਅਸੀਂ ਵੀ ਸਾਰੇ ਅੰਦਰ ਵੜ ਗਏ, ਉਹਨਾਂ ਕੋਲ ਸਾਰੇ ਹਥਿਆਰ ਸੀ। ਉਹਨਾਂ ਇੰਨੀ ਬੇਰਹਿਮੀ ਨਾਲ ਕੁੱਟਿਆ ਸਾਰਾ ਜੀ, ਉਹ ਮੇਰੇ ਘਰ ਵਾਲੇ ਸਾਰਾ ਪਾਸਾ ਸੱਜਾ ਸਾਰਾ ਮਾਰੂ ਕਰ ਗਏ ਨੇ ਜੀ ਉਹਨਾਂ ਨੂੰ। ਕੁੱਟਮਾਰ ਚਾਚੇ ਦੇ ਲੜਕਾ ਸੀ, ਉਹਨੂੰ ਕੁੱਟਮਾਰ ਕਰ ਰਹੇ ਜੀ। ਮੈਂ ਦੁਕਾਨ 'ਤੇ ਆਇਆ ਜੀ, ਕੁਲਵਿੰਦਰ ਸਿੰਘ ਜੀ, ਬਲਵਿੰਦਰ ਸਿੰਘ ਜੀ ਗੱਡੀਆਂ 'ਤੇ ਆਏ ਜੀ, 2 ਗੱਡੀਆਂ 'ਤੇ 15-20 ਬੰਦੇ ਆਏ ਜੀ। ਰੰਜਿਤ ਸਿੰਘ ਪੈਸਿਆਂ ਦੇ ਲੈਂਦੇ ਸੀ ਜੀ, ਹਾਂਜੀ ਦਿੱਤੇ ਹੋਏ ਸੀ 7 ਲੱਖ ਰੁਪਈਆ, ਹਾਂਜੀ ਹਾਂਜੀ ਮੰਗੇ ਸੀ, ਉਹਨਾਂ ਰੌਲਾ ਪਾਇਆ ਜੀ। ਪਹਿਲਾਂ ਸਵੇਰੇ ਵੀ ਰੌਲਾ ਪਿਆ ਸੀ ਬਾਹਰ ਜੀ, ਉੱਥੋਂ ਆ ਗਏ ਇੱਥੇ ਬਾਹਰ ਖੇਤਾਂ 'ਚ ਭੱਜ ਕੇ ਆ ਗਏ ਨੇ, ਅਤੇ ਬਾਅਦ ਗੱਡੀਆਂ ਹਾਂਜੀ ਬਚਾ ਕਰਨੇ। ਇਹ ਸਾਡਾ ਭਤੀਜਾ ਹੈ ਜੀ ਮੇਰਾ, ਹਾਂਜੀ ਇਹਨੇ ਪੈਸੇ ਦਿੱਤੇ ਹੋਏ ਸੀ 7 ਲੱਖ, ਉਹ ਮੰਗਦਾ ਸੀ ਕਈ ਵਾਰ ਪੰਚਾਇਤਾਂ ਗਏ ਜਿਹਦੇ ਵਿੱਚ ਮੈਂ ਵੀ ਗਿਆ ਸੀ, ਉਦੋਂ ਇਹ ਗੱਲ ਕਹਿੰਦਾ ਸੀ ਮੈਂ ਸਵੇਰੇ ਦੇਣਾ ਮੈਂ ਸ਼ਾਮ ਦੇਣਾ, ਮੈਂ ਸਵੇਰੇ ਦੇਣਾ ਮੈਂ ਸ਼ਾਮ ਦੇਣਾ। ਅਖੀਰ ਦੀ ਬਾਕੀ ਸਰਪੰਚ ਸਾਹਿਬ ਨੂੰ ਫੋਨ ਕਰਤਾ ਵੀ ਕਾਹਦੇ ਪੈਸੇ ਨੇ, ਮੈਂ ਕੋਈ ਪੈਸਾ ਨਹੀਂ ਦੇਣਾ, ਜਿੱਥੇ ਮਰਜ਼ੀ ਭੱਜ ਲਓ, ਜਿੱਥੇ ਮਰਜ਼ੀ ਜ਼ੋਰ ਲਾ ਲਓ, ਮੈਂ ਕੋਈ ਪੈਸਾ ਨਹੀਂ ਦੇਣਾ। ਇੱਧਰੋਂ ਇਹ ਵੀ ਔਫਰ ਆਇਆ ਵੀ ਤੁਸੀਂ ਬਾਬਾ ਜੀ ਦਾ ਜਾ ਕੇ ਦਰਬਾਰ 'ਤੇ ਬੂਹਾ ਖੋਲ੍ਹ ਦਿਓ ਅਤੇ ਮੈਨੂੰ ਪੈਸੇ ਆ ਗਏ, ਅਸੀਂ ਉੱਧਰ ਕਿਉਂ ਜਾਈਏ ਇਸ ਗੱਲੋਂ ਜਾਈਏ। ਉਹ ਕਹਿੰਦੇ ਫਿਰ ਇਹ ਤਾਂ ਕਿਤੇ ਮੁੱਕਣੀ, ਕਿਤੇ ਜਾ ਕੇ ਜਾ ਫਿਰ ਪੈਸੇ ਦੇ ਦਿਓ। ਇਹ ਪੈਸਿਆਂ ਤੋਂ ਹੀ ਸਾਰਾ ਝਗੜਾ ਹੋਇਆ ਹੈ, ਪਹਿਲਾਂ ਖੇਤਾਂ 'ਚ ਝਗੜਾ ਹੋਇਆ ਹੈ, ਉੱਥੇ ਖੇਤਾਂ 'ਚ ਝਗੜਾ ਹੋ ਕੇ ਮਗਰ ਲੱਗ ਗਏ ਨੇ, ਬੰਦੇ ਨਾ ਲਿਆਂਦੇ ਹੋਏ ਸੀ ਉੱਥੋਂ, ਫਿਰ ਭੱਜ ਕੇ ਜੋ ਘਰ ਨੂੰ ਆਇਆ ਹੈ ਆਪਦੀ ਬੱਚਤ ਵਾਸਤੇ, ਇਹ ਫਿਰ ਇੱਥੇ ਆ ਕੇ ਗਲੀ ਦੇ ਵਿੱਚ ਇਹਨਾਂ ਘੇਰ ਲਿਆ।